ਜੱਗ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਸਤਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਨੂੰ ਕੀ ਫਰਕ ਪੈਂਦਾ, ਇਹ ਜਿਹੜੀਆਂ ਦੋ ਗੱਲਾਂ ਨੇ ਸਾਨੂੰ ਸੁਣਨ ਨੂੰ ਬਹੁਤ ਮਿਲਦੀਆਂ। ਦੋਸਤੋ, ਅਸੀਂ ਸਾਰੇ ਜਿੰਨੇ ਆਪਣਾ ਆਪਣਾ ਜਿਹੜਾ ਹੈ ਕੰਮ ਕਰਦੇ ਹਾਂ, ਆਪਣਾ ਆਪਣਾ ਪਰਿਵਾਰ ਪਾਲਦੇ ਹਾਂ, ਥੋੜ੍ਹੀ ਬਹੁਤੀ ਸਮਾਜ ਸੇਵਾ ਵੀ ਜਿਹੜੀ ਹੈ ਕਰਦੇ ਹਾਂ, ਪਰ ਬਹੁਤ ਸਾਰਾ ਕੁਛ ਸਮਾਜ ਵਿੱਚ ਇਹੋ ਜਿਹਾ ਹੁੰਦਾ ਜਿਹਨੂੰ ਵੇਖ ਕੇ ਅਸੀਂ ਇੱਧਰ ਨੂੰ ਮੂੰਹ ਕਰ ਲੈਂਦੇ ਹਾਂ, ਜਾਂ ਅਸੀਂ ਕਹਿੰਦੇ ਹਾਂ ਕਿ ਮੈਨੂੰ ਕੀ, ਜਾਂ ਇਹ ਗੱਲ ਕਹਿ ਦਿੰਦੇ ਹਾਂ ਵੀ ਮੇਰੇ ਕਰਨ ਨਾਲ ਕੀ ਫਰਕ ਪੈਣਾ, ਜਾਂ ਆਮ ਆਪਾਂ ਪੰਜਾਬੀ ਵਿੱਚ ਕਹਾਵਤ ਸੁਣੀ ਹੈ ਕਿ ਪੰਜਾਬੀਆਂ ਦੇ ਨਾਲ ਜਿਹੜੀ ਹੈ ਗੱਲ ਜੋੜ ਕੇ ਵੇਖੀ ਜਾਂਦੀ ਹੈ ਕਿ ਪੰਜਾਬੀ ਕਹਿੰਦੇ ਕਿ ਮੈਨੂੰ ਕੀ। ਪਰ ਫਿਰ ਵੀ ਜਿਹੜਾ ਹੈ ਸਾਨੂੰ ਜਿਹੜਾ ਸਮਾਜ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈਗਾ, ਭਾਵੇਂ ਉਹ ਜਿੰਨਾ ਮਰਜ਼ੀ ਛੋਟਾ ਹੋਵੇ। ਇੱਕ ਵਾਰੀ ਸਮੁੰਦਰ ਦੇ ਕਿਨਾਰੇ ਇੱਕ ਬੰਦਾ ਜਿਹੜਾ ਹੈ ਤੁਰਿਆ ਜਾ ਰਿਹਾ ਸੀ, ਬੀਚ ਬੜੀ ਸੋਹਣੀ ਸੀ, ਨਾਲ ਨਾਲ ਤੁਰਿਆ ਜਾ ਰਿਹਾ ਸੀ। ਜਿਹੜੇ ਲੋਕਾਂ ਨੇ ਸਮੁੰਦਰ ਦੇ ਉੱਤੇ ਘੁੰਮੇ ਨੇ, ਬੀਚ ਦੇਖੀ ਹੈ, ਅਤੇ ਆਪਾਂ ਵੇਖਦੇ ਜੋ ਪਾਣੀ ਦੀਆਂ ਜਿਹੜੀਆਂ ਛੱਲਾਂ ਆਉਂਦੀਆਂ ਨੇ, ਅਤੇ ਉਹਦੇ ਨਾਲ ਮੱਛੀਆਂ ਛੋਟੀਆਂ ਛੋਟੀਆਂ ਵੀ ਜਿਹੜੀਆਂ ਹਨ ਉਹ ਆ ਜਾਂਦੀਆਂ ਨੇ, ਔਰ ਪਾਣੀ ਵਾਪਸ ਜਦੋਂ ਜਾਣ ਲੱਗਦਾ ਤਾਂ ਬਹੁਤ ਸਾਰੀਆਂ ਸੈਂਕੜੇ ਹਜ਼ਾਰਾਂ ਛੋਟੀਆਂ ਛੋਟੀਆਂ ਮੱਛੀਆਂ ਜਿਹੜੀਆਂ ਹਨ ਉਹ ਰੇਤਾ 'ਤੇ ਤੜਫਦੀਆਂ ਰਹਿ ਜਾਂਦੀਆਂ ਨੇ। ਇੱਕ ਬੰਦਾ ਤੁਰਿਆ ਜਾ ਰਿਹਾ ਸੀ ਅਤੇ ਉਹ ਮੱਛੀਆਂ ਫੜ ਫੜ ਕੇ ਜਿਹੜਾ ਹੈ ਸਮੁੰਦਰ ਦੇ ਵਿੱਚ ਵਾਪਸ ਜਿਹੜਾ ਸੁੱਟ ਰਿਹਾ ਸੀ। ਇੱਕ ਮੇਰੇ ਵਰਗਾ ਬੰਦਾ ਉਹਦੇ ਪਿੱਛੇ ਤੁਰਿਆ ਆ ਰਿਹਾ ਸੀ ਅਤੇ ਉਹਨੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਇਹ ਕੀ ਕਰ ਰਹੇ ਹੋ? ਤਾਂ ਉਹ ਕਹਿੰਦਾ ਵੀ ਮੈਂ ਇਹ ਮੱਛੀਆਂ ਜਿਹੜੀਆਂ ਹਨ, ਕਿਉਂਕਿ ਇੱਥੇ ਇਹਨਾਂ ਨੂੰ ਕਾਂ ਜਾਂ ਹੋਰ ਜਾਨਵਰ ਜਿਹੜੇ ਹਨ ਖਾਈ ਜਾ ਰਹੇ ਨੇ, ਜਾਂ ਕੁਛ ਵੈਸੇ ਜਿਹੜੀਆਂ ਹਨ ਤੜਫ ਤੜਫ ਕੇ ਮਰ ਰਹੀਆਂ ਨੇ, ਅਤੇ ਮੈਂ ਇਹਨਾਂ ਨੂੰ ਵਾਪਸ ਜਿਹੜਾ ਹੈ ਪਾਣੀ ਦੇ ਵਿੱਚ ਜਿਹੜਾ ਸੁੱਟ ਰਿਹਾ ਹਾਂ। ਅਤੇ ਉਹ ਕਹਿੰਦਾ ਵੀ ਇਹਦੇ ਨਾਲ ਕੀ ਫਰਕ ਪੈਂਦਾ ਵੀ ਇੱਕ ਮੱਛੀ ਫੜ ਕੇ ਜਦੋਂ 10-15-20 ਮੱਛੀਆਂ ਫੜ ਕੇ ਸੁੱਟ ਦਿੰਦਾ ਤਾਂ ਉਹਦੇ ਨਾਲ ਕੀ ਫਰਕ ਪੈਂਦਾ? ਉਸ ਬੰਦੇ ਨੇ ਇੱਕ ਮੱਛੀ ਚੱਕੀ ਅਤੇ ਪਾਣੀ ਦੇ ਵਿੱਚ ਸੁੱਟ ਕੇ ਕਹਿੰਦਾ ਵੀ ਇਹਨੂੰ ਫਰਕ ਪੈਂਦਾ। ਦੈਟ ਮੀਨਸ ਜਿਹੜੀ ਮੱਛੀ ਉਹਨੇ ਚੁੱਕ ਲਈ ਔਰ ਪਾਣੀ ਦੇ ਵਿੱਚ ਵਾਪਸ ਸੁੱਟ ਦਿਓ, ਉਹਦੀ ਤਾਂ ਲਾਈਫ ਬਚ ਗਈ। ਸੋ ਕਈ ਵਾਰੀ ਅਸੀਂ ਛੋਟਾ ਜਿਹਾ ਹੀ ਜਿਹੜਾ ਹੈ ਭਾਵੇਂ ਯੋਗਦਾਨ ਆਪਣੀ ਸਮਾਜ ਦੇ ਵਿੱਚ ਪਾਉਂਦੇ ਹਾਂ, ਬੁਰਾਈਆਂ ਨੂੰ ਦੂਰ ਕਰਨ ਵਾਸਤੇ ਪਾਉਂਦੇ ਹਾਂ, ਛੋਟੀ ਜਿਹੀ ਕਿਸੇ ਦੀ ਮਦਦ ਕਰਦੇ ਹਾਂ, ਉਸ ਬੰਦੇ ਦੇ ਵਾਸਤੇ ਮੈਨੇ ਜ਼ਰੂਰ ਰੱਖਾਉਂਦੀ ਹੈ। ਕਈ ਵਾਰੀ ਅਸੀਂ ਪੂਰੇ ਦੇ ਪੂਰੇ ਸਿਸਟਮ ਨੂੰ ਚੇਂਜ ਨਹੀਂ ਕਰ ਪਾਉਂਦੇ, ਪਰ ਜਿਹੜਾ ਅੱਜ ਲੋੜਵੰਦ ਹੈਗਾ ਅਗਰ ਉਸ ਨੂੰ ਮਦਦ ਮਿਲ ਜਾਂਦੀ ਤਾਂ ਇਹਦੇ ਤੋਂ ਵੱਡਾ ਪੁੰਨ ਜਿਹੜਾ ਹੈ ਕੋਈ ਨਹੀਂ ਹੁੰਦਾ। ਅਤੇ ਆਪਣਾ ਯੋਗਦਾਨ ਭਾਵੇਂ ਉਹ ਜਿੰਨਾ ਮਰਜ਼ੀ ਛੋਟਾ ਹੋਵੇ ਜ਼ਰੂਰ ਸਾਨੂੰ ਜਿਹੜਾ ਹੈ ਪਾਉਂਦੇ ਰਹਿਣਾ ਚਾਹੀਦਾ। ਯੋਗਦਾਨ ਪਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੋਈ ਕਿਸੇ ਨੂੰ ਪੈਸੇ ਦੇਣੇ ਨੇ, ਅਸੀਂ ਕਿਸੇ ਨੂੰ ਸਲਾਹ ਵੀ ਦੇ ਸਕਦੇ ਹਾਂ, ਕਿਸੇ ਦੀ ਹੱਥੀਂ ਸੇਵਾ ਵੀ ਕਰ ਸਕਦੇ ਹਾਂ, ਕਿਸੇ ਨੂੰ ਜਿਹੜਾ ਹੈ ਅਸੀਂ ਸਿੱਧੇ ਰਾਏ ਵੀ ਪਾ ਸਕਦੇ ਹਾਂ, ਕਿਸੇ ਦੀ ਅਸੀਂ ਗਲਤੀ ਦੱਸ ਕੇ ਵੀ ਜਿਹੜਾ ਹੈ ਉਹ ਯੋਗਦਾਨ ਜਿਹੜਾ ਪਾ ਸਕਦੇ ਹਾਂ। ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਦੇ ਰਾਹੀਂ ਜਿਹੜਾ ਹੈ ਅਸੀਂ ਆਪਣੇ ਸਮਾਜ ਨੂੰ ਬਿਹਤਰ ਬਣਾਉਣ ਵਾਸਤੇ ਜਿਹੜਾ ਯੋਗਦਾਨ ਪਾ ਸਕਦੇ ਹਾਂ। ਆਪਾਂ ਨੂੰ ਕਦੀ ਵੀ ਇਹ ਨਹੀਂ ਗੱਲ ਕਹਿਣਾ ਚਾਹੀਦਾ ਵੀ ਇਹਦੇ ਨਾਲ ਕੀ ਫਰਕ ਪੈਂਦਾ ਜਾਂ ਮੈਨੂੰ ਕੀ। ਆਸ ਹੈ ਕਿ ਤੁਹਾਨੂੰ ਗੱਲ ਚੰਗੀ ਲੱਗੀ ਹੋਏਗੀ, ਜੇ ਚੰਗੀ ਲੱਗੀ ਹੈ ਤਾਂ ਤੁਸੀਂ ਲਾਈਕ ਵੀ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਕਿਸੇ ਨਾ ਕਿਸੇ ਨੂੰ ਜਿਹੜਾ ਇਸਦਾ ਜ਼ਰੂਰ ਫਾਇਦਾ ਹੋਵੇ। ਪਿਆਰ ਭਰੀ ਸਤਿ ਸ਼੍ਰੀ ਅਕਾਲ।